ਮੇਰਾ ਨਾਂ ਧੀਰਜ ਕੁਮਾਰ ਆ, ਮੈਂ ਇਸੇ ਮੁਹੱਲੇ ਦਾ ਵਸਨੀਕ ਹੈ ਜੀ। ਇਹ ਘਟਨਾ ਇਹ ਹੋਈ ਹੈ ਜੀ, ਗੱਡੀ ਜਿਹੜੀ ਆ ਰਹੀ ਸੀਗੀ ਇਹ ਬਹੁਤ ਤੇਜ਼ ਗੱਡੀ ਸੀਗੀ, ਇੱਕਦਮ ਉਹਨੇ ਹੈਂਡ ਬ੍ਰੇਕ ਲਾਏ। ਇੱਥੇ ਅਸੀਂ 3-4 ਬੰਦੇ ਅੱਗ ਸੇਕ ਰਹੇ ਸੀਗੇ, ਅਤੇ ਜਦੋਂ ਗੱਡੀ ਦੀ ਹੈਂਡ ਬ੍ਰੇਕ ਲਾਏ ਤਾਂ ਗੱਡੀ ਘੁੱਗੀ ਅਤੇ ਉਹ ਇਸ ਮੁੰਡੇ 'ਤੇ ਵੱਜੀ, ਔਰ ਵੱਜੇ ਕੇ ਅਤੇ ਇਸ ਖੜੀ ਦੇ ਵਿੱਚ ਵੱਜੀ। ਜੇ ਗੱਡੀ ਦੀ ਤੁਸੀਂ ਹਾਲਤ ਦੇਖ ਲਓ ਵੀ ਅੱਗੋਂ ਪਤਾ ਲੱਗਦਾ ਵੀ ਕਿੰਨੀ ਤੇਜ਼ ਗੱਡੀ ਸੀ। ਜੇ ਇਹ ਖੜੀ ਨਾ ਹੁੰਦੀ ਨਾ ਤਾਂ ਗੱਡੀ ਸਿੱਧੀ ਘਰ ਦੇ ਵਿੱਚ ਜਾ ਵੱਜਦੀ, ਅਤੇ ਅਸੀਂ ਖੜਕਾ ਸੁਣ ਕੇ ਸਾਰਾ ਮੁਹੱਲਾ ਇੱਥੇ ਇੱਕਦਮ ਬਾਹਰ ਆਇਆ। ਹਾਂ, ਗੱਡੀ ਦਾ ਪਤਾ ਲੱਗ ਗਿਆ ਸੀਗਾ ਜੀ, ਗੱਡੀ ਦੇ ਵਿੱਚ ਜਿਹੜਾ ਚਲਾ ਰਿਹਾ ਸੀਗਾ ਉਹ ਵੀ ਇਸੇ ਮੁਹੱਲੇ ਦਾ ਹੀ ਬੰਦਾ ਹੈਗਾ, ਪਰ ਉਹ ਸੁਣਿਆ ਵੀ ਉਹ ਜਿਹੜੇ ਹੈਗੇ ਆ ਮੁੰਡੇ ਆ ਜਿਹੜੇ ਨਸ਼ੇ ਨੁਸ਼ੇ ਬਹੁਤ ਕਰਦੇ ਹੈਗੇ ਆ। ਅਤੇ ਜਿਹਦੇ ਅੱਜ ਸੱਟ ਵੱਜੀ ਆ ਉਹਦੇ ਇੱਥੇ ਬੱਕੀ 'ਚ ਸੱਟ ਵੱਜੀ ਹੈ ਜੀ, ਉਹਨਾਂ ਨੂੰ ਹਸਪਤਾਲ ਲੈ ਕੇ ਗਏ ਆ। ਹਸਪਤਾਲ ਤੋਂ ਬਾਅਦ ਪਤਾ ਲੱਗੂਗਾ ਵੀ ਅੰਦਰ ਕਿੰਨੀ ਕੁ ਸੱਟ ਵੱਜੀ ਹੈ, ਬਾਹਰੀ ਕੋਈ ਸੱਟ ਨਹੀਂ ਵੱਜੀ ਹੈਗੀ ਆ, ਪਰ ਅੰਦਰੂਨੀ ਸੱਟ ਹੈ। ਮੇਰਾ ਨਾਮ ਸੁਰਿੰਦਰ ਕੁਮਾਰ ਆ, ਸਾਨੂੰ ਮੋਹਨ ਨਾਲ ਆ। ਮੈਂ ਜੀ ਉੱਥੇ ਗੋਨਿਆ ਰੋਡ 'ਤੇ ਆਪਦੀ ਥੜੀ 'ਤੇ ਬੈਠਾ ਸੀਗਾ, ਅਚਾਨਕ ਕਾਰ ਵੱਜੀ ਮੇਰੇ ਵਿੱਚ, ਅਤੇ ਮੇਰੀ ਮੱਖੀ ਸੱਟ ਆਈ ਆ, ਅਤੇ ਸਿਰ 'ਤੇ ਸੱਟ ਵੱਜੀ ਆ, ਅਤੇ ਬਾਂਹ 'ਤੇ ਵੀ ਸੱਟ ਵੱਜੀ ਆ। ਉਹ ਕਹਿੰਦੇ ਵੀ 3 ਘੰਟੇ ਬਾਅਦ ਰਿਪੋਰਟ, 4 ਘੰਟੇ ਬਾਅਦ ਦੇਵਾਂਗੇ, ਉਹਨੇ ਤੁਸੀਂ ਉੱਥੇ ਬੈਠੋ। ਬਾਕੀ ਮੁੜ ਕੇ ਕੋਈ ਬੈੱਡ ਵਗੈਰਾ ਨਾ ਜੀ, ਬੈੱਡ ਵਗੈਰਾ ਕੋਈ ਨਹੀਂ ਦਿੱਤਾ, ਅਤੇ ਨਰਸ ਨੇ ਇੱਕ ਟੀਕਾ ਜ਼ਰੂਰ ਲਾਇਆ, ਡਾਕਟਰ ਨਹੀਂ ਸੀਗੀ, ਉਹ ਦਰਦ ਦੁਰਦ ਦਾ ਟੀਕਾ ਲਾਇਆ ਵੀ ਜਿਸ ਕਾਰਨ ਦਰਦ ਘੱਟ ਹੋ ਰਿਹਾ। ਹਾਂਜੀ, ਉਹਨਾਂ ਦੇ ਅਸੀਂ ਨਾ ਜੀ ਹੋਰ ਕੋਈ ਪੁੱਛ ਗਿੱਛ ਨਹੀਂ ਹੋਈ। 2 ਵਾਰੀ ਅਸੀਂ ਥੱਲੋਂ ਉੱਤੇ ਆ ਗਏ ਹਾਂ, ਕਿਤੇ ਕਹਿੰਦੇ ਉੱਧਰਲੇ ਕਮਰੇ ਜਾ ਉੜੋ, ਕਿਤੇ ਕਹਿੰਦੇ ਉੱਤੇ ਜਾ ਉੜੋ। ਦੋ ਵਾਰੀ ਅਸੀਂ ਉੱਤੋਂ ਹੇਠਾਂ ਆ ਗਏ ਹਾਂ, ਹੇਠ ਉੱਤੇ ਜਾ ਉੜੇ ਹਾਂ ਜੀ। ਮੇਰਾ ਨਾਂ ਜੀ ਸ਼ਮਿੰਦਰ ਕੁਮਾਰ ਆ, ਮੈਂ ਮਜ਼ਦੂਰੀ ਕਰਦਾ ਲੇਬਰ ਵਾਲਾ, ਅਤੇ ਮੇਰੇ ਬ੍ਰਦਰ ਦਾ ਜਿਹੜਾ ਤੜਕੇ ਐਕਸੀਡੈਂਟ ਹੋ ਗਿਆ ਸੀਗਾ ਜੀ। ਕਿੱਥੇ ਹੋਇਆ? ਇਹ ਗੋਨਿਆਂ ਨੇ ਰੋਡ 'ਤੇ ਹੀ ਨੇੜੇ, ਜਮੀਤ ਬਰਾੜ ਦੀ ਪੁਰਾਣੀ ਕੋਠੀ ਜੀ। ਇੱਕ ਨਸ਼ੇ ਵਾਲਿਆਂ ਨੇ ਭਿਆਨਕ ਬਾਰ ਦੇ ਮੂਹਰੇ ਬੈਠੇ ਬਹੁਤ ਜ਼ੋਰਦਾਰ ਟੱਕਰ ਮਾਰੀ ਕਾਰ ਦੀ, ਅਤੇ ਕਾਰ ਦੇ ਇਹਦੇ ਜਿਹੜੇ ਨਜ਼ਰੂਨੀ ਸੱਟਾਂ ਆਈਆਂ, ਸਿਰ 'ਚ ਆਈ ਆ, ਰੀੜ੍ਹ ਦੀ ਹੱਡੀ 'ਤੇ ਕੂਹਣੀ 'ਤੇ ਜੀ। ਡਾਕਟਰ ਸਾਹਿਬ ਨੇ ਸਾਨੂੰ ਜਿਹੜੇ ਸਿਰ ਦੀ ਸੱਟ ਦੀ ਸਕੈਨ ਦੱਸੀ ਹੈ ਜੀ, ਉਹ ਕਰਾਤੀ ਆ। ਇਹਦੇ ਇੱਕ ਟੀਕਾ ਲਾਉਣ ਤੋਂ ਬਾਅਦ 2 ਘੰਟੇ ਦੇ ਲਗਭਗ ਹੋ ਗਏ ਅਸੀਂ ਇੱਥੇ ਬੈਠੇ ਹਾਂ। ਸਾਨੂੰ 2 ਵਾਰੀ ਇਹਨਾਂ ਨੇ ਥੱਲੇ ਲਾਇਆ, ਅਤੇ ਮਰੀਜ਼ ਨੂੰ ਲੈ ਕੇ 2 ਵਾਰੀ ਤਾਂ ਗਏ ਹਾਂ, ਹਜੇ ਤੱਕ ਕਿਸੇ ਡਾਕਟਰ ਨੇ ਸਾਨੂੰ ਕੋਈ ਕਮਰਾ ਨਹੀਂ ਦਿੱਤਾ। ਜੇ ਅਸੀਂ ਬੋਲਦੇ ਹਾਂ ਤਾਂ ਉਹ ਕਹਿੰਦੇ ਬਾਹਰ ਬਹਿ ਜਾਓ, ਬਾਅਦ 'ਚ ਤੁਹਾਡੀ ਗੱਲ ਸੁਣਾਂਗੇ। ਅਤੇ ਡੇਢ ਤੋਂ 2 ਘੰਟੇ ਹੋ ਗਏ ਆ ਸਾਡੀ, ਹਜੇ ਤੱਕ ਕੋਈ ਡਾਕਟਰ ਨਹੀਂ ਆਇਆ ਪੁੱਛਣ ਵੀ ਕਿਵੇਂ ਆ ਤੁਹਾਡਾ ਮਰੀਜ਼, ਕਿਵੇਂ ਆ ਨਹੀਂ। ਅਤੇ ਆਹ ਵੇਖ ਲਓ ਤੁਸੀਂ, ਮਰੀਜ਼ ਦਰਦ ਨਾਲ ਕਰ ਰਿਹਾ ਅਤੇ ਠੰਡ ਲੱਗੀ ਜਾਂਦੀ ਹੈ ਮਰੀਜ਼ ਨੂੰ, ਕੋਈ ਵੀ ਡਾਕਟਰ ਨਹੀਂ ਆ ਕੇ ਹਜੇ ਤੱਕ ਵੀ ਕੋਈ ਗੱਲਬਾਤ ਨਹੀਂ ਪੁੱਛੀ ਵੀ ਕਿਵੇਂ ਆ ਭਾਈ ਤੂੰ, ਜਾਂ ਦਰਦ ਹੁੰਦਾ ਜਾਂ ਨਹੀਂ ਹੁੰਦਾ, ਜਾਂ ਦਵਾਈ ਹੋਰ ਦਈਏ। ਕੋਈ ਵੀ ਇੱਥੇ ਆ ਕੇ ਕੰਪਾਊਂਡਰ ਜਾਂ ਡਾਕਟਰ ਕਿਸੇ ਨੇ ਆ ਕੇ ਨਹੀਂ ਖੜਿਆ। ਉਹ ਜਦੋਂ ਮੁੰਡਾ ਜਿਹੜਾ ਕਾਰ, ਉਹਨੇ ਕਿਤੇ ਰਿਸ਼ਤੇਦਾਰੀ ਜਾਣਾ ਸੀ, ਕਾਰ ਕਿਸੇ ਦੀ ਮੰਗ ਕੇ ਲਿਆ ਸੀਗਾ, ਉਹ ਅਚਾਨਕ ਤੋਂ ਜਿਹੜੀ ਕਾਰ ਆ ਉੱਥੇ ਬੰਦੇ ਮੇਰੇ ਗਾਹ 'ਚ ਉੱਤੋਂ ਵੱਜ ਗਈ, ਅਤੇ ਉਹ ਹਸਪਤਾਲ 'ਚ ਅਸੀਂ ਜਾ ਕੇ, ਬੰਦਾ ਦਾਖਲ ਆ ਬਿਲਕੁਲ ਠੀਕ ਠਾਕ ਬੰਦਾ। ਅਸੀਂ ਉਹਨੂੰ ਪੁੱਛਿਆ ਵੀ ਦੱਸੋ ਕੋਈ ਕਾਰਵਾਈ ਕਰਾਉਣੀ, ਉਹ ਕਹਿੰਦਾ ਨਹੀਂ ਜੀ, ਮੇਰੇ ਤਾਂ ਜਿਹੜਾ ਇਲਾਜ ਮਾੜਾ ਮੋਟਾ ਹੈਗਾ, ਕੋਈ ਉਹਦੇ ਵੱਡੀ ਇੰਜਰੀ ਨਹੀਂ, ਕੋਈ ਵੱਡੀ ਸੱਟ ਨਹੀਂ ਉਹਦੇ। ਮਿਹਨਤ ਮੇਰੀ, ਰਹਿਮਤ ਖੁਦਾ ਦੀ, ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ, ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ, 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ 'ਚ ਪੱਕਾ ਹੋਣਾ, ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਗੁਰੂ ਰਹਿਮਤ ਜੀ, 98 721 68 593।